ਸੀਰ ਫਰੀਦਕੋਟ ਅੱਜ ਬੱਸ ਸਟੈਂਡ ਦੇ ਬਾਹਰ ਗੁਲਚੈਨਾ ਦੇ ਬੂਟੇ ਜੋ ਕਿ ਸਾਲ ਪਹਿਲਾਂ ਲੱਗੇ ਸੀਗੇ ਅੱਜ ਉਹਨਾਂ ਨੂੰ ਪਾਣੀ ਪਾਇਆ ਜਾ ਰਿਹਾ ਹੈ। ਪਹਿਲਾਂ ਟਰੀਗਾਰਡ ਲੱਗੇ ਸੀ ਥੱਲੇ ਇਹਨਾਂ ਨੂੰ ਇੱਟਾਂ ਲਾਈਆਂ ਗਈਆਂ ਤਾਂ ਜੋ ਪ੍ਰੋਪਰ ਪਾਣੀ ਪਾਇਆ ਜਾ ਸਕੇ। ਸਾਡੇ ਲੱਕੀ ਚੋਪੜਾ ਜੀ ਪਾਣੀ ਪਾ ਰਹੇ ਨੇ, ਇੱਧਰ ਆਪਣੇ ਬਿੱਟੂ ਵੀਰ ਆ ਸਾਡਾ ਇਹ ਟੈਂਕੀ 'ਤੇ ਹੈ ਪਾਣੀ ਛੱਡ ਰਿਹਾ, ਅਤੇ ਸਾਡੇ ਗੁਰਵੀਰ ਪ੍ਰਧਾਨ ਜੀ ਜੋ ਕਿ ਟਰੈਕਟਰ ਦੀ ਸੇਵਾ ਕਰ ਰਹੇ ਨੇ। ਤਕਰੀਬਨ 60 ਬੂਟੇ ਗੁਲਚੈਨਾ ਦੇ ਆ ਜੀ ਇਹ ਰੋਡ 'ਤੇ ਲੱਗੇ ਹੋਏ, ਜਿਨ੍ਹਾਂ ਨੂੰ ਪ੍ਰੋਪਰ ਪਾਣੀ ਪਾਇਆ ਜਾ ਰਿਹਾ ਹੈ। ਇਹਨਾਂ ਦੀ ਕਾਂਟ ਛਾਂਟ ਦਾ ਵੀ ਕੰਮ ਕੀਤਾ ਜਾਂਦਾ ਹੈ। ਬੂਟੇ ਬਹੁਤ ਹੀ ਵਧੀਆ ਚੱਲ ਰਹੇ ਨੇ ਜੀ। ਸੀਰ ਫਰੀਦਕੋਟ ਲਗਾਤਾਰ ਇਹਨਾਂ ਬੂਟਿਆਂ ਦੀ ਦੇਖ ਰੇਖ ਦਾ ਕੰਮ ਕਰ ਰਹੀ ਹੈ।